ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਟ ਮਹੱਲਾ ਪੰਜਵਾਂ। ਵਿੱਚ ਕਰਤਾ ਪੁਰਖ ਖਲੋਆ, ਵਾਰ ਨਾ ਵਿੰਗਾ ਹੋਆ। ਵਿੱਚ ਕਰਤਾ ਪੁਰਖ ਖਲੋਆ, ਵਾਰ ਨਾ ਵਿੰਗਾ ਹੋਆ। ਮੱਜਨ ਗੁਰਿਆਂ ਦਾ ਰਾਸੇ, ਜਪ ਹਾਰ ਹਾਰ ਕਿਲ ਵਿਖ ਨਾਸੇ। ਸੰਤੋ ਰਾਮਦਾਸ ਸਰੋਵਰ ਨੀਕਾ, ਜੋ ਨਾਵੈ ਸੋ ਕੁਲ ਤਰਾਵੈ, ਉਦਾਰ ਹੋਆ ਹੈ ਜੀ ਕਾ ਰਹਾਉ। ਜੈ ਜੈਕਾਰ ਜਗ ਗਾਵੈ, ਮਨ ਚਿੰਦਿਅੜੇ ਫਲ ਪਾਵੈ। ਸਹੀ ਸਲਾਮਤ ਨਾਏ ਆਏ, ਆਪਣਾ ਪ੍ਰਭੂ ਧਿਆਏ। ਸੰਤ ਸਰੋਵਰ ਨਾਵੈ, ਸੋ ਜਨ ਪਰਮ ਗਤ ਪਾਵੈ। ਮਰੈ ਨਯਾ ਵੈ ਜਾਈ, ਹਰ ਹਰ ਨਾਮ ਧਿਆਈ। ਇਹੋ ਬ੍ਰਹਮ ਵਿਚਾਰ ਸੋ ਜਾਣੈ, ਜਿਸ ਦਿਆਲ ਹੋਏ ਭਗਵਾਨੈ। ਬਾਬਾ ਨਾਨਕ ਪ੍ਰਭ ਸਰਨਾਈ, ਸਭ ਚਿੰਤਾ ਗਣਤ ਮਿਟਾਈ। ਜਿਸ ਦਿਆਲ ਹੋਏ ਭਗਵਾਨੈ, ਬਾਬਾ ਨਾਨਕ ਪ੍ਰਭ ਸਰਨਾਈ, ਸਭ ਚਿੰਤਾ ਗਣਤ ਮਿਟਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਹਨ ਅੱਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਦੇ ਸੋਠ ਰਾਗ ਵਿੱਚ ਉਚਾਰਨ ਕੀਤੇ ਹੋਏ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ, ਹੇ ਭਾਈ, ਸਾਧ ਸੰਗਤ ਵਿੱਚ ਜਿਸ ਮਨੁੱਖ ਦਾ ਆਤਮਕ ਇਸ਼ਨਾਨ ਗੁਰੂ ਨੇ ਸਫਲ ਕਰ ਦਿੱਤਾ, ਉਹ ਮਨੁੱਖ ਸਦਾ ਪਰਮਾਤਮਾ ਦਾ ਨਾਮ ਜਪ ਜਪ ਕੇ ਆਪਣੇ ਸਾਰੇ ਪਾਪ ਨਾਸ ਕਰ ਲੈਂਦਾ ਹੈ। ਸਰਬ ਵਿਆਪਕ ਕਰਤਾਰ ਆਪ ਉਸ ਦੀ ਸਹਾਇਤਾ ਕਰਦਾ ਹੈ। ਉਸ ਦੀ ਆਤਮਿਕ ਰਾਸ ਪੂੰਜੀ ਦਾ ਰਤਾ ਭਰ ਵੀ ਨੁਕਸਾਨ ਨਹੀਂ ਹੁੰਦਾ। ਇਹ ਸੰਤ ਜਨੋ, ਸਾਧ ਸੰਗਤ ਇੱਕ ਸੁੰਦਰ ਅਸਥਾਨ ਹੈ। ਜਿਹੜਾ ਮਨੁੱਖ ਸਾਧ ਸੰਗਤ ਵਿੱਚ ਆਤਮਿਕ ਇਸ਼ਨਾਨ ਕਰਦਾ ਹੈ, ਮਨ ਨੂੰ ਨਾਮ ਜਲ ਨਾਲ ਪਵਿੱਤਰ ਕਰਦਾ ਹੈ, ਉਸ ਦੀ ਜਿੰਦ ਦਾ ਵਿਕਾਰਾਂ ਤੋਂ ਪਾਰ ਉਤਾਰਾ ਹੋ ਜਾਂਦਾ। ਉਹ ਆਪਣੀ ਸਾਰੀ ਕੁੱਲ ਨੂੰ ਵੀ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ। ਠਹਿਰਾਓ, ਹੇ ਭਾਈ, ਜਿਹੜਾ ਮਨੁੱਖ ਰਾਮ ਦੇ ਦਾਸਾਂ ਦੇ ਸਰੋਵਰ ਵਿੱਚ ਡਿੱਗ ਕੇ ਆਪਣੇ ਪਰਮਾਤਮਾ ਦਾ ਆਰਾਧਨ ਕਰਦਾ ਹੈ, ਉਹ ਮਨੁੱਖ ਇਸ ਸਤਸੰਗਤ ਸਰੋਵਰ ਵਿੱਚ ਆਤਮਕ ਇਸ਼ਨਾਨ ਕਰਕੇ ਆਪਣੀ ਆਤਮਕ ਜੀਵਨ ਦੀ ਰਾਸ ਪੂੰਜੀ ਨੂੰ ਪੂਰਨ ਤੌਰ 'ਤੇ ਬਚਾ ਲੈਂਦਾ। ਸਾਰਾ ਜਗਤ ਉਸ ਦੀ ਸੋਭ ਵਿੱਚ ਗੀਤ ਗਾਉਂਦਾ। ਉਸ ਮਨੁੱਖ
ਮਨ ਚਿਤਵੇ ਫਲ ਹਾਸਲ ਕਰ ਲੈਂਦਾ ਹੈ। ਹੇ ਭਾਈ, ਜਿਹੜਾ ਮਨੁੱਖ ਸੰਤਾਂ ਦੇ ਸਰੋਵਰ ਵਿੱਚ ਸਤ ਸੰਗਤ ਵਿੱਚ ਆਤਮਕ ਇਸ਼ਨਾਨ ਕਰਦਾ ਹੈ, ਉਹ ਮਨੁੱਖ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ। ਜਿਹੜਾ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ, ਉਹ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ। ਇਹ ਭਾਈ, ਪਰਮਾਤਮਾ ਨਾਲ ਮਿਲਾਪ ਦੀ ਇਸ ਵਿਚਾਰ ਨੂੰ ਉਹ ਮਨੁੱਖ ਸਮਝਦਾ ਹੈ ਜਿਸ ਉੱਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ। ਹੇ ਨਾਨਕ, ਆਖ ਹੇ ਭਾਈ, ਜਿਹੜਾ ਮਨੁੱਖ ਪਰਮਾਤਮਾ ਦੀ ਸ਼ਰਨ ਪਿਆ ਰਹਿੰਦਾ, ਉਹ ਆਪਣਾ ਹਰੇਕ ਕਿਸਮ ਦਾ ਚਿੰਤਾ ਫਿਕਰ ਦੂਰ ਕਰ ਲੈਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਸ ਇਜ਼ ਟੁਡੇਜ਼ ਹੁਕਮਨਾਮਾ ਫਰੋਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਅਟਰਡ ਬਾਏ ਅਵਰ ਫਿਫਥ ਗੁਰੂ, ਗੁਰੂ ਅਰਜਨ ਦੇਵ ਜੀ, ਅੰਡਰ ਹੈਡਿੰਗ ਸੋਰਟ ਫਿਫਥ ਮਹਿਲ। ਗੁਰੂ ਸਾਹਿਬ ਜੀ ਸੇ ਦੈਟ ਦ ਕ੍ਰੀਏਟਰ ਲਾਰਡ ਹਿਮਸੈਲਫ ਸਟੂਡ ਬਿਟਵੀਨ ਅਸ ਐਂਡ ਨਾਟ ਆ ਹੇਅਰ ਅਪਾਨ ਮਾਈ ਹੈਡ ਵਾਜ ਟਸਟ। ਦ ਗੁਰੂ ਮੇਡ ਮਾਈ ਸੈਲਿਸ ਕਲੀਨਜ਼ਿੰਗ ਬਾਥ ਸਕਸੈਸਫੁਲ, ਮੈਡੀਟੇਟਿੰਗ ਔਨ ਦ ਲਾਰਡ ਹਰ ਹਰ ਮਾਈ ਸਿੰਸ ਵਰ ਇਰੇਜ਼ਡ। ਓ ਸੈਂਟਸ, ਦ ਪਿਓਰੀਫਾਇੰਗ ਪੂਲ ਆਫ ਰਾਮਦਾਸ ਇਜ਼ ਸਬਲਾਈਮ, ਹੂਐਵਰ ਬਾਥਸ ਇਨ ਇਟ ਇਜ਼ ਫੈਮਿਲੀ ਐਂਡ ਐਨਸੈਸਟਰੀ ਆਰ ਸੇਵਡ ਐਂਡ ਹਿਸ ਸੋਲ ਇਜ ਸੇਵਡ ਐਜ ਵੈਲ ਪਾਜ਼। ਦ ਵਰਲਡ ਸਿੰਗਸ ਚੀਅਰ ਆਫ ਵਿਕਟਰੀ ਐਂਡ ਦ ਫਰੂਟਸ ਆਫ ਹਿਸ ਮਾਈਂਡਸ ਡਿਜ਼ਾਇਰਸ ਆਰ ਓਬਟੇਨਡ, ਹੂਐਵਰ ਕਮਸ ਐਂਡ ਵੈਲਸ ਹੀਅਰ ਐਂਡ ਮੈਡੀਟੇਟਸ ਔਨ ਹਿਸ ਗੋਡ ਇਜ ਸੇਫ ਐਂਡ ਸਾਊਂਡ। ਵਨ ਹੂ ਬਾਥਸ ਇਨ ਦ ਹੀਲਿੰਗ ਪੂਲ ਆਫ ਦ ਸੈਂਟਸ ਦੈਟ ਹੰਬਲ ਬੀਂਗ ਓਬਟੇਨਸ ਦ ਸੁਪਰੀਮ ਸਟੇਟਸ, ਹੀ ਡਜ਼ ਨਾਟ ਡਾਈ ਔਰ ਕਮ ਐਂਡ ਗੋ ਇਨ ਰੀਇਨਕਾਰਨੇਸ਼ਨ, ਹੀ ਮੈਡੀਟੇਟਸ ਔਨ ਦ ਨੇਮ ਆਫ ਦ ਲਾਰਡ ਹਰ ਹਰ, ਹੀ ਅਲੋਨ ਨੋਜ਼ ਹੀ ਦਿਸ ਅਬਾਊਟ ਗੋਡ, ਹੂਮ ਗੋਡ ਬਲੈਸਿਸ ਵਿਦ ਹਿਸ ਕਾਈਂਡਨੈਸ। ਬਾਬਾ ਨਾਨਕ ਸੀਕਸ ਦ ਸੈਂਚੁਰੀ ਆਫ ਗੋਡ, ਆਲ ਹਿਸ ਵਰੀਜ਼ ਐਂਡ ਐਂਗਜ਼ਾਇਟੀਜ਼ ਆਰ ਡਿਸਪੈਲਡ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।